ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈੱਲ ਵਾਲੇ ਆਈਕੋਨ ਨੂੰ ਜ਼ਰੂਰ ਦੱਬੋ ਜੀ। ਦੋਸਤੋ, ਇਸ ਵੀਡੀਓ ਵਿੱਚ ਗੱਲ ਕਰਾਂਗੇ ਪਿੰਡ ਮਾੜੀ ਮੁਸਤਫਾ ਵਿੱਚ ਹੋਣ ਵਾਲੇ ਕਬੱਡੀ ਕੱਪ ਦੀ। ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ। ਪਿੰਡ ਮਾੜੀ ਮੁਸਤਫਾ ਜ਼ਿਲ੍ਹੇ ਮੋਗੇ ਦਾ ਇੱਕ ਮਸ਼ਹੂਰ ਪਿੰਡ ਹੈ ਅਤੇ ਇੱਥੇ ਬਾਬਾ ਸੈਦਲ ਆਸਮਨ ਦੀ ਯਾਦ ਵਿੱਚ ਹਰ ਸਾਲ ਇੱਕ ਵੱਡਾ ਅਤੇ ਪੁਰਾਣਾ ਮੇਲਾ ਲੱਗਦਾ ਹੈ। ਮਾੜੀ ਦਾ ਮੇਲਾ ਪੰਜਾਬ ਦੇ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਮੇਲੇ ਦੇ ਨਾਲ ਨਾਲ ਇੱਥੇ ਹਰ ਸਾਲ ਇੱਕ ਵੱਡਾ ਕਬੱਡੀ ਕੱਪ ਵੀ ਕਰਵਾਇਆ ਜਾਂਦਾ ਹੈ ਅਤੇ ਇਹ ਕਬੱਡੀ ਕੱਪ ਇਸ ਵਾਰ 4, 5, 6 ਅਪ੍ਰੈਲ 2019 ਨੂੰ ਹੋਵੇਗਾ ਅਤੇ 4, 5 ਅਪ੍ਰੈਲ ਨੂੰ ਇੱਥੇ 32 ਕਿੱਲੋ, 38 ਕਿੱਲੋ, 48 ਕਿੱਲੋ, 60 ਕਿੱਲੋ ਅਤੇ 75 ਕਿੱਲੋ ਦੀਆਂ ਟੀਮਾਂ ਮੈਚ ਖੇਡਣਗੀਆਂ ਅਤੇ 6 ਅਪ੍ਰੈਲ ਨੂੰ ਇੱਥੇ ਕਬੱਡੀ ਦੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਕਬੱਡੀ ਓਪਨ ਦਾ ਪਹਿਲਾ ਇਨਾਮ 81,000 ਰੁਪਏ ਅਤੇ ਦੂਸਰਾ ਇਨਾਮ 61,000 ਰੁਪਏ ਦਿੱਤਾ ਜਾਵੇਗਾ। ਅਤੇ ਜੇ ਗੱਲ ਕਰੀਏ ਬੈਸਟਾਂ ਦੀ ਤਾਂ ਇੱਥੇ ਕਬੱਡੀ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤਾ ਜਾਵੇਗਾ। ਇੱਥੇ ਕਬੱਡੀ ਦੇ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ ਜਿਨ੍ਹਾਂ ਵਿੱਚੋਂ ਸੋਨਾ ਵਾਂਦਰਡੋਡ, ਸਰਨਾ ਡੱਗੋ ਰਮਾਣਾ, ਕਾਲਾ ਵੈਰੋਕੇ, ਯੋਧਾ ਘਾਸ, ਜਾਦਾ ਸਫਪੁਰ, ਰਵੀ ਦਿਓਰਾ ਆਦਿ ਹੋਰ ਵੀ ਕਈ ਖਿਡਾਰੀ ਇਸ ਕਬੱਡੀ ਟੂਰਨਾਮੈਂਟ ਵਿੱਚ ਪਹੁੰਚਣਗੇ। ਦੋਸਤੋ, ਆਪ ਸਭ ਨੂੰ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਇਸ ਕਬੱਡੀ ਟੂਰਨਾਮੈਂਟ ਅਤੇ ਮੇਲੇ 'ਤੇ ਪਹੁੰਚੋ। ਇਸ ਵੀਡੀਓ ਵਿੱਚ ਦੋਸਤੋ ਬਸ ਇੰਨਾ ਹੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਧੰਨਵਾਦ।